ਖੜ ਕੇ ਗੱਭਰੂ ਕਰ ਲੈ ਫੈਸਲਾ ਖੜ ਕੇ ਗੱਭਰੂ ਹੱਥ ਸਿਰ ਤੇ ਬਾਬੇ ਦੀਆਂ ਮੇਰਾ ਨਾਂ ਮਿੱਤਰਾ ਇਲਾਕਾ ਸ਼ੇਰਾਂ ਦਾ ਹੋ ਮਿੱਤਰਾ ਇਲਾਕਾ ਸ਼ੇਰਾਂ ਦਾ ਮਿੱਤਰਾ ਇਲਾਕਾ ਸ਼ੇਰ ਹੁੰਦਾ ਆਹ ਕਹਿੰਦੇ ਇਲਾਕਾ ਸ਼ੇਰਾਂ ਦਾ ਕਰਦਿਆਂ ਨੇ ਅਲੀ ਮਾਂਗ ਦੇ ਛਤਰ ਪਵਾ ਦਿਆ ਆਹ ਕਿਹਦਾ ਜੀ ਕਰਦਾ ਸੀ ਘਰੇ ਆ ਕੇ ਗੁੱਟ ਖਾਣ ਨੂੰ ਨਾਲੇ ਪੈਸੇ ਦੇ ਨਾਲੇ ਛਤਰ ਖਾਓ ਪਰ ਮੇਹਰ ਕਰੋ ਪ੍ਰਮਾਤਮਾ ਮੇਰੀ ਬੇਨਤੀ ਮੈਂ ਸ਼ੁਰੂ ਕਰ ਦਈਏ ਜਦੋਂ ਪਹਿਲਾਂ ਯੁੱਧ ਇਹਨਾਂ ਗੁਰੂਆਂ ਦੀ ਗੱਲ ਚੱਲੀ ਆ ਉਹ ਤਾਂ ਯੁੱਧ ਦਿੰਦੇ ਰਹੇ ਆ ਗੁਰੂ ਸਾਡੇ ਉਦੋਂ ਜੇ ਕਹਿ ਲਈਏ ਬਸੰਤ ਉਹਦੇ ਫੇਸਬੁੱਕ ਹੋਣੀ ਸੀਗੀ ਉਹਦੇ ਫੇਸਬੁੱਕ ਵੀ ਨਾ ਕੰਨੇ ਦੀ ਸਨੈਪਚੈਟ ਪੈਣੀ ਸੀ ਉਦੋਂ ਦੀ ਪਰ ਵਾਕਈ ਸਾਰਾ ਕੁਝ ਹੋਇਆ ਰਣਜੀਤ ਜੀ ਸਾਡੇ ਪਹਿਲੀ ਰੋਡ ਪਾਉਣ ਦੇ ਵਾਸਤੇ ਇਹ ਆ ਜੋਕਾ ਮਹਿਮਤ ਵਾਲੀ ਹੈ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਬਲਬੂਰ ਦੀ ਟੀਮ ਰਾਏ ਬਰਬਰ ਉਧਰ ਸਾਡੀ ਘੁੰਮਣ ਸਾਡੀ ਕਲਾਰ ਤੇ ਹਰਿੰਦਰ ਸਿੰਘ ਹੁਣਾਂ ਦੀ ਟੀਮ ਹੈ ਪਰ ਦੂਸਰੇ ਪਾਸੇ ਆਏ ਹਰਜੀਤ ਪੱਟੀ ਵਾਲਾ ਪੱਟੀ ਤੋਂ ਬਾਬਾ ਫਿਲੀ ਚੰਦੀਆਂ ਨੇ ਵਿਸ਼ਾਲੇ ਲੈ ਕੇ ਆਏ ਕਹਿੰਦੇ ਗੁਰਦੁਆਰਾ ਕਿਤੇ ਭੱਟ ਸਾਹਿਬ ਦੀ ਗੱਲ ਚੱਲੀ ਆ ਉਹ ਪੱਟੀ ਦੀ ਧਰਤੀ ਆ ਪੱਟੀ ਦੇ ਕਹਿੰਦੇ ਹਰਜੀਤ ਦਾ ਨਾਮ ਅਡਾ ਏ ਜੇ ਹਰਜੀਤ ਨਾ ਖੇਡਦਾ ਗੁਰਜੀਤ ਨਾ ਖੇਡਦਾ ਤੇ ਪ੍ਰਗਟ ਸਿਆ ਕਿੱਥੇ ਗੱਲ ਹੋਣੀ ਸੀ ਮਿਲਬਨ ਦੇ ਵਿੱਚ ਆਹ ਡੈਡੀ ਸੋਹਦਾ ਵੀ ਅੱਜ ਪੈਰ ਨਹੀਂ ਭੁੱਜੇ ਲੱਗਦਾ ਲਓ ਜਗਮੋਹਨ ਸਿੰਘ ਮੱਖੀ ਕਲਾਂ ਵਾਲਾ ਰੋਡ ਪਾਉਣ ਦੇ ਲਈ ਵਧਿਆ ਆਇਆ ਮਿਲਬਨ ਤੋਂ ਕਹਿੰਦੇ 10,213 ਕਿਲੋਮੀਟਰ ਦਿੱਲੀ ਹੈ ਦਿੱਲੀ ਤੋਂ ਫਿਰ ਲੁਧਿਆਣਾ ਲੁਧਿਆਣੇ ਤੋਂ 70 ਕਿਲੋਮੀਟਰ ਮੋਗਾ ਮੋਗੇ ਤੋਂ 15 ਕਿਲੋਮੀਟਰ ਕੋਟੀ ਸੇਖਾ ਕੋਟੀ ਸੇਖਾ ਤੋਂ 23 ਕਿਲੋਮੀਟਰ ਮਖੂ ਹੈ ਮਖੂ ਤੋਂ 6 ਕਿਲੋਮੀਟਰ ਹਰੀਕੇ ਹੈ ਹਰੀਕੇ ਤੋਂ ਕਹਿੰਦੇ 15 ਕਿਲੋਮੀਟਰ ਭੀਖੀ ਪਿੰਡ ਮੋੜ ਆ ਪੱਟੀ ਵਾਲਾ ਤੇ ਪੱਟੀ ਮੋੜ ਤੋਂ ਕਹਿੰਦੇ ਦਿਆਲਪੁਰਾ ਤੇ ਦਿਆਲਪੁਰੇ ਤੋਂ ਖੱਬੇ ਪਾਸੇ ਛੱਡ ਕੇ ਉਹ ਕਹਿੰਦੇ ਮੱਖੀ ਕਲਾਂ ਨੂੰ ਜਾਂਦੀ ਹੈ ਇਹ ਮੁੰਡਾ ਏਡੀ ਦੂਰ ਤੋਂ ਚੱਲ ਕੇ ਆਇਆ ਆਹ ਬਿਨੇ ਖੱਤਰੀ ਕਬੱਡੀ ਭਾ ਰਿਹਾ ਬਸੰਤ ਕਰ ਗਏ ਮੁੰਡੇ ਸਾਹਮਣੇ ਬਿਨੇ ਖੱਤਰੀ ਹੈ ਇੱਕ ਪਾਸੇ ਡੀ ਪੀ ਓ ਸੁਖਮਨ ਅਰਸ਼ ਆਹ ਸੁਖਮਨ ਅਰਸ਼ ਆਹ ਸੁਖਮਨ ਅਰਸ਼ ਆਹ ਫਿਰਾਲ ਆ ਗਿਆ ਆਹ ਖਿਡਾਰੀ ਨੇ ਆਪਣੇ ਛਾਤੀ ਤੇ ਆਪਣੇ ਵੀਰ ਸੁਖਮਨ ਦਾ ਚਿੱਤਰ ਬਣਵਾਇਆ ਕੋਈ ਫੋਟੋ ਬਣਾਉਂਦਾ ਵਿਛੜਿਆਂ ਦੀ ਤੇ ਕੋਈ ਭਗਤ ਸਿੰਘ ਨੂੰ ਯਾਦ ਕਰਦਾ ਆਓ ਦੇਖਦਾ ਨਹੀਂ ਮੰਗੀ ਦਾ ਵੀਰ ਇਸ ਸਮੇਂ ਪੰਮਾ ਬੱਗਿਆਂ ਵਾਲਾ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਵੱਧ ਚੁੱਕਿਆ ਕਿੱਦਾਂ ਕਾਲੇ ਸੰਗਿਆਂ ਦਾ ਔਰ ਦੂਸਰੀ ਕਨੀ ਤੇ ਤੀਰਥ ਹੋਰ ਹੈ ਔਰ ਕਿੱਦਾਂ ਕਾਲੇ ਸੰਗਿਆਂ ਦਾ ਜਿਵੇਂ ਮੱਥਰ ਮਰਾ ਨੇ ਲਿਖਿਆ ਕਿ ਉਹ ਵੈਲੀ ਭੱਜ ਤੁਰਿਆ ਜੀਤੇ ਮੌੜ ਨਾ ਪੰਗਾ ਪਾ ਕੇ ਹੋ ਸਿਰ ਫਸ ਗਏ ਦੁਨੀਆਂ ਦੇ ਮਿੱਤਰਾ ਬੇਲਾ ਗੋਦੀ ਲੈ ਕੇ ਆਹ ਕਿੱਦਾਂ ਸਨਮਾਨ ਕੀਤੇ ਜਾਣੇ ਉਹਨਾਂ ਲਈ ਖੱਟ ਬਣਾਉਣ ਵੱਲੋਂ ਇੱਧਰ ਤੀਰਥ ਹੋਰ ਵੇਲੇ 50,000 ਦਾ ਵੀਰੇ ਫਰੀ ਪਏ ਸੀ ਉੱਧਰ 13 ਤਰੀਕ ਨੂੰ ਭਰਾ ਆਏ ਕਹਿੰਦੇ ਕੇਸ਼ੀ ਫੀਲਡ ਦੇ ਵਿੱਚ ਰੌਣਕ ਆਏ ਪਹਿਲਾ ਪ੍ਰਾਈਜ 30,000 ਦੂਜਾ ਕਹਿੰਦੇ 11,000 13 ਤਰੀਕ ਦੀ ਕਹਿੰਦੇ ਵਾਟਾਂ ਵੱਟ ਦੀ ਭੱਜੀ ਆਉਂਦੀ ਹੈ ਕਬੱਡੀ ਦੀ ਕਰੀਨ ਉਹ ਧਰਤੀ ਤੇ ਆਵੇਗੀ ਉੱਥੇ ਸਿੱਖ ਗੇਮਾਂ ਦੀ ਗੱਲ ਵੀ ਚੱਲੀ ਹੈ ਪਰ ਅੱਜ ਕਹਿੰਦੇ ਬਾਬਾ ਬੰਦਾ ਸਾਹਿਬ ਜੀ ਦਾ ਮੇਲਾ ਤੇ ਮੇਲਾ ਕਹਿੰਦੇ ਸਿਰੇ ਦਾ ਲਓ ਜਗਮੋਹਨ ਸਿੰਘ ਔਰ ਮੱਖੀ ਕਲਾਂ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਲੋਕੀ ਗੱਲਾਂ ਕਰਦੇ ਵੀ ਮੱਖੀ ਲੋਟ ਨਹੀਂ ਆਉਂਦਾ ਜਦੋਂ ਮੱਖੀ ਨਿੱਕਾ ਹੁੰਦਾ ਸੀ ਨਾ ਇਹਦੇ ਕਹਿੰਦੇ ਡੈਡੀ ਦੇ ਹੱਥਾਂ ਦੇ ਵਿੱਚ ਵੱਡੀ ਡਾਂਗ ਫੜੀ ਹੁੰਦੀ ਸੀਗੀ ਉਹ ਮਗਰ ਮੇਲਿਆਂ ਤੇ ਆਉਂਦਾ ਰਿਹਾ ਤੇ ਐਵੇਂ ਕਹਿੰਦੇ ਡਾਂਗ ਫਰੀ ਆ ਜਗਮੋਹਨ ਤੋਂ ਮੱਖੀ ਬਣ ਗਿਆ ਮੱਖੀ ਤੋਂ ਮੱਖਣ ਸੰਧੂ ਬਣ ਗਿਆ ਲਓ ਫੇਰ ਦੂਰੀ ਰੋਡ ਮੋੜ ਦਿੱਤੀ ਹੈ ਮੱਖਣ ਸੰਧੂ ਮੱਖੀ ਕਲਾਂ ਵਾਲਾ ਮੱਝ ਦਾ ਸੂਰਮਾ ਹੈ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ 4 ਜਾਫੀਆਂ ਵਿੱਚ ਵੇਖਦਾ ਵੀ ਮੱਖੀ ਨੇ ਦੂਜੀ ਰੋਡ ਮੋੜੀ ਤੇ ਨੰਬਰ ਵੀ ਆਪਣੀ ਟੀਮ ਨੇ ਖਾਤੇ ਜੋੜ ਦਿੱਤਾ ਹੈ ਜੋਤਾ ਮਹਿਮਤ ਵਾਲੀ ਹੈ ਕਬੱਡੀ ਪਾਉਣ ਦੇ ਲਈ ਫੇਰ ਮੈਦਾਨ ਦੇ ਵਿੱਚ ਵਾਧਾ ਹੋਇਆ ਅੱਜ ਮਾਝਾ ਵੀ ਪੁੱਜਿਆ ਮਾਲਵਾ ਵੀ ਪੁੱਜਿਆ ਤੇ ਦੁਆਬਾ ਵੀ ਪੁੱਜਿਆ ਉਹ ਵੇਖਦਾ ਵੀ ਸਾਹਮਣੇ ਜੋਤੇ ਵੀ ਪਈ ਰੋਡ ਤੇ ਹੁਣ 4 ਜਾਫੀਆਂ ਵਿੱਚੋਂ ਕੌਣ ਔਰ ਕੌਣ ਡਬਲ ਟੱਚ ਨੰਬਰ ਇਸ ਵਿੱਚ ਜੋਤੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੁਣ ਮਨੂ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਮਨੂ ਮਾਨ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ ਬਲਜਿੰਦਰ ਵਾਸੀ ਵੀ ਆਏ ਪੂਰੀ ਫੈਡਰੇਸ਼ਨ ਵਾਕਈ ਕਹਿੰਦੇ ਮੈਚ ਸਿਰੇ ਦੇ ਆਏ ਪੂਰੀ ਦੁਨੀਆਂ ਦੇ ਵਿੱਚ ਧੁੰਦ ਪਈ ਹੋਈ ਹੈ ਦੁੱਗਿਆਂ ਵਾਲਾ
ਖੁਸ਼ੀ ਗੱਲਾਂ ਕਰਦਾ ਹੁੰਦਾ ਵੀ ਆਸਟ੍ਰੇਲੀਆ ਦੇ ਲੋਕ ਬੜਾ ਪਿਆਰ ਕਰ ਰਹੇ ਆ, ਬੜਾ ਪਿਆਰ ਕਰ ਰਹੇ ਆ, ਤੇ ਕਈ ਲੋਕ ਖੁਸ਼ੀ ਨੂੰ ਵੀ ਮਿਸ ਕਰ ਰਹੇ ਆ ਵੀ ਦੁੱਗਿਆਂ ਵਾਲਾ ਤੇ ਪੁੱਜ ਨਹੀਂ ਸਕਿਆ। ਪਰ ਕਹਿੰਦੇ ਡੀਡੀਓ ਵਰਗੇ ਮੱਖੀ ਵਰਗੇ ਮੁੰਡੇ, ਕਹਿੰਦੇ ਗੁਰਲਾਲ ਵਰਗੇ ਮੁੰਡੇ, ਤੀਰਥ ਵਰਗੇ ਜੋਤੇ ਵਰਗੇ, ਆਹ ਧੁੱਬੇ ਵਰਗੇ ਮੱਖੀ ਵਰਗੇ ਹੁਰ ਰਹੇ ਆ ਤੇ ਗੱਲ ਕਹਿੰਦੇ ਟਿਕਾਣੇ ਲੱਗੀ ਹੋਈ ਆ। ਆਹ ਕਹਿੰਦੇ ਮੱਖੀ ਰੋਡ ਪਾ ਰਿਹਾ, ਅਗਰ ਮੱਖੀ ਰੋਡ ਪਾ ਰਿਹਾ ਤੇ ਹਰਿਆਣੇ ਦੇ ਵੀ ਖਿਲਾਰੀ ਪੁੱਜੇ ਆ। ਆਹ ਜਿਹੜੇ ਖੱਤਰੀ ਹਰਿਆਣੇ ਤੋਂ ਪੁੱਜੇ ਆ, ਇੱਧਰ ਮੱਖੀ ਫੇਰ ਕਿ ਅੰਮ੍ਰਿਤਸਰ ਵੱਲ ਜਾਂਦੇ ਰਹੀਓ, ਜਾਣਾ ਗੁਰਦੁਆਰੇ ਜੀ, ਹਰ ਮੰਦਿਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਜੀ। ਗੁਰੂਆਂ ਦੀ ਧਰਤੀ ਹੈ ਇਹ, ਸਾਹਮਣੇ ਦੇਖਦਾ ਵੀ ਮਾਝੇ ਵਾਲਾ ਮੱਖਣ ਸੰਧੂ ਮੱਖੀ ਕਿਲਾ ਵਾਲਾ ਔਰ ਤੀਰਥ ਹੇਰਾ ਵਾਲਾ ਗੁੱਟ ਫੜਿਆ ਕੈਂਚੀ ਪਈ ਪਰ ਮੱਖੀ ਹੱਥੋਂ ਨਿਕਲ ਗਿਆ ਕਿ ਤੇਰਾ ਗੋਲ ਮੋਲ ਜਾਂ ਚਿਹਰਾ ਵਿੱਚੋਂ ਪਿਆ ਮੜੰਗਾ ਤੇਰਾ। ਲੱਗਦਾ ਵੀ ਮੱਖੀ ਢੋਰੀਆਂ ਤੋਂ ਮੋੜ ਚੁੱਕਿਆ, ਜੋਤਾ ਜੋਤਾ ਮੈਂ ਲਗਵਾ ਰਹੀ ਹੈ, ਉਨੇ ਮੋਟਰਸਾਈਕਲਾਂ ਜੇਤੂ ਮੈਦਾਨ ਦੇ ਵਿੱਚ ਕਬੱਡੀ ਪਾ ਰਹੇ ਹੈ। ਉੱਧਰ ਅਰਸ਼ ਅਰਸ਼ ਨੂੰ ਡੀਡੀਓ ਕਹਿੰਦੇ ਹੈ, ਆਹ ਹਰਜੀਤ ਇੱਕ ਉਹ ਹਰਜੀਤ ਕਿ ਪੁੱਤ ਬਰਾੜਾ ਦਾ ਜਿਹਦਾ ਪਿੰਡ ਸੀ ਬਾਜਾ ਖਾਨਾ, ਅੱਖੀਆਂ ਤੋਂ ਦੂਰ ਗਿਆ ਬੰਨ ਕੇ ਲਾੜੀ ਮੌਤ ਦਾ ਗਾਨਾ। ਉਹ ਅੱਖੀਆਂ ਤੋਂ ਦੂਰ ਗਿਆ ਬੰਨ ਕੇ ਲਾੜੀ ਮੌਤ ਦਾ ਗਾਨਾ, ਪਰ ਉਹ ਸਮਾਂ ਉਹਨਾਂ ਦਾ ਸੀਗਾ ਤੇ ਅੱਜ ਦਾ ਸਮਾਂ ਇਹਨਾਂ ਮੁੰਡਿਆਂ ਦਾ ਸਮਾਂ। ਆਹ ਕਹਿੰਦੇ ਮੱਖੀ ਇੱਕ ਤਕੜਾ ਮੰਦਰ ਜੁੜ ਗਿਆ, ਆਹ ਵੇਲੇ ਖੱਤਰੀ ਕਹਿੰਦੇ ਪਹਿਲਾਂ ਪਹਿਲਵਾਨੀ ਵੀ ਕਰ ਰਿਹਾ ਹਰਿਆਣਾ ਸਟੇਟ ਦੇ ਵਿੱਚ, ਉਹ ਕਹਿੰਦੇ ਚੱਲ ਕੇ ਆਇਆ ਹੈ ਕਿਤੇ ਪੰਜਾਬ ਕਿਤੇ ਹਰਿਆਣੇ ਦੀ ਗੱਲ ਕਿ ਇੱਕੋ ਜਿਹਾ ਪਹਿਨਣਾ ਤੇ ਇੱਕੋ ਜਿਹਾ ਖਾਣਾ, ਉਹ ਬਸ ਨਾ ਰੱਖਤਾ ਹਰਿਆਣਾ, ਬਸ ਨਾ ਰੱਖਤਾ ਹਰਿਆਣਾ। ਕਿਤੇ ਪਾਕਿਸਤਾਨ ਕਹਿੰਦੇ ਅੱਡ ਕਰ ਦਿੱਤਾ ਗਿਆ, ਪਰ ਕਿਸੇ ਦੀਆਂ ਚਾਲਾਂ ਲੈ ਕੇ ਬਹਿ ਗਈ ਉਹ ਪੰਜਾਬ ਨੂੰ, ਕਿਸੇ ਦੀਆਂ ਚਾਲਾਂ ਲੈ ਕੇ ਬਹਿ ਗਈ ਉਹ ਪੰਜਾਬ ਨੂੰ। ਆਓ ਕਹਿੰਦੇ ਉਸ ਵੇਲੇ ਮਨੂ ਦੀ ਰੋਡ ਦੁਨੀਆਂ, ਕਹਿੰਦੇ ਦੁਨੀਆਂ ਦੁਨੀਆਂ ਗੱਲਾਂ ਕਰ ਰਹੀ ਹੈ ਵੀ ਉਹਦਾ ਕਾਲਾ ਸਿੰਘਿਆ ਪੈਂਦਾ, ਇਹ ਕਹਿੰਦੇ ਢੁੱਡਾ ਕਾਲੇ ਸਿੰਘਿਆਂ ਵਾਲਾ, ਪਰ ਮਨੂ ਨੇ ਬਹੁਤ ਸੋਹਣੀਆਂ ਰੋਡਾਂ ਪਾਈਆਂ। ਅਗਲੀ ਕਬੱਡੀ ਕਹਿੰਦੇ ਜੋਤਾ ਪਾ ਰਿਹਾ, ਟੀਮਾਂ ਨੂੰ ਵੀ ਬੇਨਤੀ ਹੈ ਵੀ ਅਗਲੇ ਸਮੇਂ ਦੀਆਂ ਟੀਮਾਂ ਜਿਹੜੀਆਂ ਉਹ ਜਲਦੀ ਆ ਜਾਣ, ਕਿਉਂਕਿ ਅੱਖ ਦੇ ਇੰਜਣ ਦੀ ਪੁਲੀ ਤੇ ਪਟਾ ਚੜ ਗਿਆ, ਬਸੰਤ ਥਾੜ ਥਾੜੀ ਹੋਣੀ ਹੈ। ਵਾਕਈ ਆਹ ਵੇਖਦਾ ਵੀ ਸਾਹਮਣੇ ਜੋਤਾ ਹੈ ਫੇਰ ਕਬੱਡੀ ਪਾਉਣ ਲਈ ਵਧਿਆ ਹੋਇਆ, ਇੱਧਰ ਚਾਰ ਜਾਫੀ ਹੈ ਚੌਥਾ ਵਿੱਚੋਂ ਵੇਖਦਾ ਵੀ ਫੇਰ ਪ੍ਰਦੀਪ ਪਰ ਨੰਬਰ, ਪਹਿਲਾਂ ਵੀ ਜੋਡੇ ਥੋੜੀ ਸੱਟ ਲੱਗੀ, ਸੱਚੇ ਪਾਤਸ਼ਾਹ ਮੇਰਾ ਭਰਿਆ ਸਿਰ ਤੇ ਹੱਥ ਲੱਗੇ, ਕਿਸੇ ਵੀ ਖਿਡਾਰੀ ਦੇ ਫੁੱਲ ਚ ਨਹੀਂ ਸੱਟ ਨਾ ਲੱਗੇ। ਪਿਛਲੇ ਮੈਚ ਤੇ ਗਿੰਦੇ ਨੇ ਸੱਟ ਲੱਗੀ, ਔਰ ਜਦੋਂ ਪਲੇਅਰ ਦੇ ਕਿਸੇ ਨੇ ਸੱਟ ਲੱਗਦੀ ਹੈ ਨਾ ਤੇ ਇਹ ਥੋੜੀ ਤੇ ਸੱਟਾਂ ਫਿੱਟਾਂਦੀ ਹੈ, ਪਰ ਵਾਹਿਗੁਰੂ ਸਭ ਤੋਂ ਮੇਰਾ ਭਰਿਆ ਹੱਥ ਰੱਖੇ। ਆਓ ਵੇਖਦਾ ਵੀ ਮੱਖੀ ਕਬੱਡੀ ਪਾ ਰਹੇ ਹੈ ਕਿ ਕਬੱਡੀ ਦੇ ਖਿਡਾਰੀਆਂ ਚ ਵੱਖਰਾ ਹੀ ਰੋਹ ਹੁੰਦਾ ਹੈ, ਪੱਬਾਂ ਭਾਰ ਤੁਰਦੇ ਤੇ ਪੱਟਾਂ ਵਿੱਚ ਜ਼ੋਰ ਹੁੰਦਾ ਹੈ। ਮੱਖੀ ਪਿਛਲ ਖੁਰੀ ਭੱਜ ਤੁਰਿਆ ਨੰਬਰ ਆਪਣੀ ਟੀਮ ਦੇ ਹਿੱਸੇ, ਇੱਕ ਹੋਰ ਨੰਬਰ ਜੋੜਦਾ ਹੋਇਆ ਮੁੰਡਾ ਹਰਿਆਣੇ ਵਾਲਾ ਹੈ ਕਿ ਜੰਗ ਲੜ ਕੇ ਜਿੱਤ ਹੁੰਦੀ ਏ ਨਾ ਕਿ ਮਰ ਕੇ ਜਿੱਤ ਹੁੰਦੀ, ਸਿਰ ਧਰਦੀ ਬਾਜੀ ਲੱਗ ਜਾਂਦੀ ਜਦ ਜਿੱਤਣ ਦੀ ਜਿੱਤ ਹੁੰਦੀ। ਆਹ ਵੇਖਦਾ ਵੀ ਪੰਮਾ ਕਦੇ ਰੋਡਾ ਪਾਉਂਦਾ ਕਦੇ ਜੱਫਿਆਂ ਦੇ ਵਿੱਚ ਜੱਫੇ ਲਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਵੇਲੇ ਖੱਤਰੀ ਇੱਕ ਹੋਰ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ। ਮੱਖੀ ਫੇਰ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਹੋਰ ਕਹਿੰਦੇ ਕਬੱਡੀ ਪੈ ਰਹੀ ਹੈ। ਗੋਪਾਲਪੁਰੀ ਨੀਮੀ ਨੂੰ ਬਹੁਤ ਫਿਕਰ ਹੈ ਕਿ ਮੈਂ ਅਮਰੀਕੇ ਦੇ ਗਰਾਊਂਡ ਨਾ ਖਾਲੀ ਹੋਵੇ, ਅਗਲੀਆਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ। ਅਗਲੀਆਂ ਟੀਮਾਂ ਭਗਵਾਨਪੁਰ ਦੀ ਟੀਮ ਨੂੰ ਬੇਨਤੀ ਹੈ, ਉਹ ਜਿਹੜੀ ਵਿਰੋਧੀ ਟੀਮ ਉਹ ਜਲਦੀ ਤੋਂ ਜਲਦੀ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਪੁੱਜ ਜਾਣ। ਮੈਨੂੰ ਸਾਡਾ ਵੀਰ ਆਏ, ਮੈਨੂੰ ਵੀ ਬੇਨਤੀ ਹੈ ਵੀ ਉਹ ਭਰਾ ਆਪਣੀ ਟੀਮ ਨੂੰ ਜ਼ਰੂਰ ਤਿਆਰ ਕਰਕੇ ਗਰਾਊਂਡ ਦੇ ਵਿੱਚ ਲੈ ਆਵੇ। ਆਓ ਜੋਤਾ ਬਹੁਤ ਵਧੀਆ ਉਹਨਾਂ ਨੂੰ ਕਾਜ ਰਹੀ ਹੈ, ਉਹ ਗੇਮ ਹੈ, ਉਹ ਗੇਮ ਬੜੀ ਵਧੀਆ ਤਰੀਕੇ ਨਾਲ ਕਰਾਉਂਦੇ ਹੈ। ਲਓ ਸਾਹਮਣੇ ਬੰਨੀ ਮਾਨ ਕਬੱਡੀ ਪਾਉਣ ਵੱਲੋਂ ਵਧਿਆ ਹੋਇਆ, ਉਧਰ ਵੇਖਦਾ ਵੀ ਇੱਕ ਪਾਸੇ ਤੀਰਥ ਹੈ ਦੂਸਰੇ ਪਾਸੇ ਘੋਡਾ ਹੈ, ਔਰ ਘੋਡੇ ਨੇ ਮਾਰ ਛਾਤੀ ਤਫਾ ਹੈ, ਪਰ ਗੱਗੀ ਲੋਪੇ ਵਾਲਾ ਫੈਸਲੇ ਕਰਦਾ ਹੈ ਵੀ ਨੰਬਰ ਘੋਡੇ ਦਾ ਨੰਬਰ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਦੇ ਹਿੱਸੇ ਹੈ। ਆਓ ਦੇਖਦਾ ਵੀ ਜਿਹਨੇ ਖੱਤਰੀ ਹਰਿਆਣੇ ਕਾ ਸ਼ੇਰਾ ਹੈ
ਹੋਰ ਕਬੱਡੀ ਪਾ ਰਿਹਾ ਹਰਜੀਤ ਹੈ ਪੱਟੀ ਵਾਲਾ ਅਰਸ਼ ਚੋਲਾ ਸਾਹਿਬ ਦੀ ਧਰਤੀ ਪੰਮਾ ਬੱਗਿਆਂ ਵਾਲਾ ਉਹ ਪੰਮਾ ਬੱਗਿਆਂ ਵਾਲਾ ਉਹ ਨਹੀਂ ਨਹੀਂ ਸਾਹਿਬ ਉਹ ਪੰਮਾ ਕਹਿੰਦੇ ਪ੍ਰਗਟ ਨੇ ਡੈਡੀ ਨੂੰ ਆਖੋ ਨਾ ਵੀ ਪੰਮਾ ਲੱਗਾ ਤੇ ਬਹੁਤ ਸੋਹਣਾ ਸੀਗਾ ਪਰ ਕਹਿੰਦੇ ਮੁੰਡਾ ਫੇਰ ਭੱਜ ਗਿਆ ਏ ਉੱਧਰ ਕਹਿੰਦੇ ਮੰਨਾ ਵੀ ਬੈਠਾ ਮੰਨੇ ਦੋ ਬੈਠੇ ਆ ਤੇ ਦੋਨੇ ਕਹਿੰਦੇ ਸ਼ਾਹਕੋਟ ਦੇ ਏਰੀਏ ਦੇ ਆ ਮੰਨੇ ਕਹਿੰਦੇ ਦੀਪੇ ਨੇ ਵੀ ਸ਼ੁਰੂਆਤ ਕਰ ਲਈ ਆ ਮੇਹਰ ਕਰੇ ਪ੍ਰਮਾਤਮਾ ਗੁਰਦਾਇਰ ਕਹਿੰਦੇ ਨਿਊਜ਼ੀਲੈਂਡ ਫਿਰਦਾ ਗੱਲਾਂ ਲੱਗਣਗੀਆਂ ਟਿਕਾਣੇ ਆਓ ਰੋਡ ਕਹਿੰਦੇ ਉਸ ਵੇਲੇ ਆਹ ਮੱਖੀ ਕਲਾਂ ਵਾਲੇ ਦੀ ਪੈ ਰਹੀ ਹੈ ਇਹ ਮੁੰਡੇ ਦੀ ਕਹਿੰਦੇ ਆਹ ਸੀਜ਼ਨ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਬੜੀ ਮੰਗ ਹੈ ਪਰ ਪ੍ਰਗਟ ਉਹਨਾਂ ਦੇ ਨਾਲ ਡੈਡੀ ਹੁਣਾਂ ਦੇ ਨਾਲ ਇਹ ਪਿਆਰ ਕਰਦੇ ਕਹਿੰਦੇ ਅਮਰੀਕਾ ਦਾ ਸੀਜ਼ਨ ਛੱਡ ਕੇ ਆ ਗਿਆ ਇਹ ਵਾਕਈ ਪਿਆਰ ਵੀ ਜ਼ਰੂਰੀ ਹੈ ਬਾਕੀ ਜਿਹੜੇ ਜਵਾਨ ਕੀਤੀ ਦੇ ਭਰਾ ਕੇ ਭੱਜਿਆ ਹੋਇਆ ਇੱਧਰ ਸਾਡੇ ਵੱਡਿਆਂ ਦਾ ਬਜ਼ੁਰਗਾਂ ਦਾ ਧੰਨਵਾਦ ਹੈ ਕਿਉਂਕਿ ਚਾਹ ਕਹਿੰਦੇ ਗਰਾਊਂਡ ਦੇ ਵਿੱਚ ਬਜਦੀ ਕਰ ਦਿੱਤੀ ਹੈ ਚਾਹ ਵੀ ਕਹਿੰਦੇ ਦੇਰ ਦੇਰ ਤੇਲ ਰਹੀ ਹੈ ਪਤਾ ਲੱਗਦਾ ਕੋਈ ਚੀਜ਼ ਅੰਦਰ ਗਈ ਹੈ ਆਓ ਸਾਹਮਣੇ ਉਹ ਮੰਨਣਾ ਪੈਣਾ ਮੰਨਣੇ ਪੈਣਾ ਮੰਨਣੇ ਪੈਣਾ ਮੰਨਣਾ ਪੈਣਾ ਮੰਨਣਾ ਪੈਣਾ ਜੋਤੇਗਾ ਲਓ ਨੰਬਰ ਜੋਤੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਤੇ ਡੁੱਬਣ ਦੀਆਂ ਗੱਲਾਂ ਕਰਨ ਵਾਲੇ ਕਦੇ ਤਰਿਆ ਨਹੀਂ ਕਰਦੇ ਲੋਭੀ ਲਾਲਚੀ ਦੇਸ਼ ਲਈ ਕਦੇ ਮਰਿਆ ਨਹੀਂ ਕਰਦੇ ਆਹ ਵੇਖਦਾ ਨਹੀਂ ਮੱਖਣ ਸੰਧੂ ਮੱਖੀ ਕਲਾਂ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੁਣ ਚੌਂ ਵਾਸੀਆਂ ਵਿੱਚੋਂ ਵੇਖਦਾ ਨਹੀਂ ਤਾਂ ਢਾ ਕੇ ਇੱਕ ਦੇ ਬੰਦਾ ਦੋਵੇਂ ਰੇਡਾਂ ਬਾਕੀ ਹੈ ਇਸ ਮੈਚ ਦੀਆਂ ਦੋਵੇਂ ਰੇਡਾਂ ਬਾਕੀਆਂ ਪਹਿਲੇ ਹਾਫ ਦੀਆਂ ਸੋ ਦੋਵੇਂ ਹੁਣ ਰੇਡਾਂ ਬਾਕੀਆਂ ਨੇ ਜੀ ਦੋਵੇਂ ਰੇਡਾਂ ਬਾਕੀ ਹੈ ਆਹ ਮੱਖੀ ਨੰਬਰ ਆਪਣੀ ਟੀਮ ਦੇ ਖਾਤੇ ਜੋੜ ਚੁੱਕੇ ਆਓ ਸੁਣੇ ਖੱਤਰੀ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਹਰਿਆਣੇ ਵਾਲਾ ਆਓ ਹਰਜੀਤ ਪ੍ਰਦੀਪ ਨੂੰ ਕਰ ਮੁਕਾਬਲਾ ਤੇ ਨੌਜਵਾਨ ਕਹਿੰਦੇ ਕਿ ਤਕੜਾ ਨੰਬਰ ਜੋੜਦਾ ਹੋਇਆ ਲਓ ਮਨੂ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਇਹ ਮਨੂ ਹੈ ਕਹਿੰਦੇ ਮੁੰਡਾ ਮਾਨਾ ਦਾ ਰੋਡ ਪਾਉਣ ਦੇ ਲਈ ਵਧਿਆ ਹੋਇਆ ਵਾਕਈ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਪੜ੍ਹੇ ਲਿਖੇ ਆਉਂਦੇ ਆ ਜਿਨ੍ਹਾਂ ਨੇ ਵਧੀਆ ਪੜ੍ਹਾਈ ਕੀਤੀ ਹੈ ਇਹ ਸਟੱਡੀ ਕਰਕੇ ਇਹ ਮਿਹਨਤ ਕਰਕੇ ਆਏ ਜੁਗਾੜ ਲਾ ਕੇ ਆਸਟ੍ਰੇਲੀਆ ਨਹੀਂ ਆਏ ਇਹਨਾਂ ਨੇ ਕਹਿੰਦੇ ਵੱਡੇ ਸਕੂਲਾਂ ਦੇ ਵਿੱਚ ਪੜ੍ਹਾਈ ਕੀਤੀ ਹੈ ਇਹ ਹਰ ਪੈ ਪਰਮਾਤਮਾ ਦੀ ਕਿ ਕਰ ਛੱਡਣੇ ਸੌਖੇ ਨਹੀਂ ਜਿਨ੍ਹਾਂ ਨੂੰ ਛੱਡਣ ਵੇਲੇ ਰੋ ਉਹ ਸਾਡੇ ਦਿਲ ਤੇ ਪੁੱਤ ਸੱਜਣਾ ਅਸੀਂ ਅਸੀਂ ਕਿਉਂ ਪਰਦੇਸੀ ਹੋਏ ਸਾਡੇ ਦਿਲ ਤੇ ਪੁੱਤ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਆਹ ਜੋਤਾ ਮੈਂ ਮਦਵਾਲੀ ਹੈ ਕਬੱਡੀ ਵਾਲ ਸੂਰਮਾ ਉਹ ਵੱਧ ਚੁੱਕੇ ਹੈ ਅਰਸ਼ਾ ਨਾਲ ਹਰਜੀਤ ਹੈ ਪੰਮਾ ਉਹ ਪੱਟੀ ਵਾਲਾ ਖੁੱਚ ਪੱਟ ਗਿਆ ਕਰਾਤੀ ਬੱਲੇ ਬੱਲੇ ਪਰ ਨੰਬਰ ਨੰਬਰ ਜਾਟਨ ਰੇਡਰ ਦੇ ਖਾਤੇ ਨੰਬਰ ਰੇਡਰ ਦੇ ਹਿੱਸੇ ਹੈ ਨੰਬਰ ਧਾਵੀ ਦੇ ਖਾਤੇ ਹੈ ਔਰ ਦੇਖਦਾ ਵੀ ਮੱਖੀ ਫੇਰ ਰੇਡ ਪਾਉਣ ਲਈ ਤਿਆਰ ਤੁਰ ਤਿਆਰ ਹੈ ਤੇ ਸੱਚੇ ਦਿਲ ਨਾਲ ਬਣਦਾ ਜਿਹੜਾ ਪੁੱਤ ਗਰਾਉਂਦਾ ਨਾ ਘਾਟ ਰਹੇ ਨਾ ਰਿਜਕਾਂ ਦੀ ਮੀਂਹ ਵਰਦਾ ਪਾਉਂਦਾ ਨਾ ਅੱਜ ਪਾਉਂਦਾ ਨਾ ਨਹੀਂ ਅੱਜ ਤੇ ਡਾਲਰਾਂ ਦਾ ਮੀਂਹ ਵਰਨਾ ਔਰ ਦੇਖਦਾ ਵੀ ਜਗਮੋਹਨ ਮੱਖੀ ਕਲਾ ਮਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਬੜੀ ਦੂਰ ਤੋਂ ਗੱਭਰੂ ਨੇ ਲੱਤ ਗਿੱਟਾ ਫੜਨ ਦੀ ਕੋਸ਼ਿਸ਼ ਕੀਤੀ ਹੈ ਜਿਹਨੇ ਅੱਜ ਕਹਿੰਦੇ ਵੀ ਰੌਣਕੇ ਲੱਗੀਆਂ ਵੱਡਾ ਮੇਲਾ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਦਾ ਵੱਡਾ ਮੇਲਾ 6 ਤਰੀਕ ਨੂੰ ਕਹਿੰਦੇ ਪੰਜਾਬ ਸਪੋਰਟਸ ਕਲੱਬ ਵਾਲੇ ਸੱਦੇ ਦੇ ਰਹੇ ਆ ਤੇ 13 ਤਰੀਕ ਨੂੰ ਕਹਿੰਦੇ ਦੁਨੀਆਂ ਦੀ ਕਰੀਮ ਜਿਹੜੀ ਆ ਉਹ ਕੋਸ਼ੀ ਫੀਲਡ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਔਰ 13 ਤਰੀਕ 30,000 11,000 ਵੱਡੇ ਸਨਮਾਨ ਦਿੱਤੇ ਜਾਣਗੇ ਤੇ ਕਹਿੰਦੇ 13 ਤਰੀਕ ਦੁਨੀਆਂ ਨੂੰ ਇੰਤਜ਼ਾਰ ਰਹੇਗਾ ਏ ਸੱਚੇ ਪਾਤਸ਼ਾਹ ਮਿਹਰ ਕਰੇ ਸਾਡੀਆਂ ਦੁਆਵਾਂ ਉਹਨਾਂ ਵੀਰਾਂ ਦੇ ਲਈ ਸਾਰੇ ਪ੍ਰਬੰਧਕ ਭੁੱਜੇ ਹੋਏ ਆ ਉਹਨਾਂ ਦਾ ਸਕੋਰ ਕੀ ਹੈ ਔਰ ਨਾਲ ਹੀ ਜਿਹੜਾ ਸੀਪ ਦਾ ਟੂਰਨਾਮੈਂਟ ਹੈ ਸੈਕਿੰਡ ਨਵੰਬਰ 2 ਨਵੰਬਰ ਨੂੰ ਅਰਥਰ ਫਿਲਹਾਲ ਹੁਣੇ ਕਰਵਾਇਆ ਜਾ ਰਿਹਾ ਉਹ ਵੀਰ ਵੀ ਸਾਡੇ ਵੀਰ ਹੋਏ ਆ ਸਾਡੇ 16 ਨੰਬਰ ਨੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਬਲਬੂਲ ਗਾਵੇ ਸ਼ੇਰੇ ਪੰਜਾਬ ਦੇ ਨੰਬਰ 14 16 ਤੇ 14 ਦਾ ਮੈਚ ਹੈ ਉਹ ਫਰਕ ਕੋਈ ਜ਼ਿਆਦਾ ਨਹੀਂ ਫਰਕ ਮੈਨੂੰ ਲੱਗਦਾ 1.5 ਪਧਾਈ ਹੈ ਪਰ ਜਿਹੜੇ ਹਿਸਾਬ ਨਾਲ ਦਿਨ ਵੀ ਠੰਡਾ ਜਾਊਗਾ ਨਾ ਇਹ 1.5 ਨੰਬਰ ਦੀ 1.5 ਸਾਲ ਵਰਗਾ ਲੱਗੋ ਮੈਚ ਸੋਹਣਾ ਹੈ ਸੋਹਣੇ ਰੰਗਾ ਕੱਪ ਦੇਖੋ ਕੌਣ ਕੱਪ ਜਿੱਤਦਾ ਕੌਣ ਸਰਤਾਜ ਬਾਰ $100 ਦਿੱਤਾ ਜਾਣਾ ਹੈ ਆਓ $100 ਦਿੱਤਾ ਜਾਣਾ ਹੈ ਉਹ ਮੈਨੂੰ ਕਹਿੰਦੇ ਫੜ ਲਿਆ ਤੀਰ ਫੜੇ ਉਹ ਹੋਰਾਂ ਵਾਲਾ ਕਹਿੰਦੇ ਨਕੋ ਦਰਦੇਰੀਏ ਦਾ ਲਾਹ ਤੱਕ ਜੋੜਦਾ ਹੁੰਦਾ ਆਪਣੀ ਟੀਮ ਦੇ ਲਈ ਮੈਨੂੰ ਲੱਗਦਾ ਵੀ ਐਨ ਕੁਝ ਟੀਮਾਂ ਪਿੱਛੇ ਰਹਿ ਗਈਆਂ ਜਿਹੜੀ ਟੀਮ ਬਾਬਾ ਬੁੱਢਾ ਸਾਹਿਬ ਦਾ ਮੇਲਾ ਜਿੱਤ ਗਈ ਨਾ ਰਾਏ ਸਾਹਿਬ PR ਜਿੰਨਾ ਚਾਹ ਚੜ੍ਹ ਜਾਣਾ PR ਜਿੰਨਾ ਚਾਹ ਚੜ੍ਹ ਜਾਣਾ ਆਓ ਕਹਿੰਦੇ ਕਬੱਡੀ ਪਾਰੀ ਮੁੜੀਆਂ ਦੇਖਦੀ ਹੈ ਆਓ ਪੰਨਾ ਦੇ ਜੋਤਾ ਜੋਤਾ ਦੇ ਪੰਨਾ
ਜੇਤੇ ਨੇ ਸਿਰਾ ਲਾ ਦਿੱਤਾ ਹੈ। ਬਲਵੂਡ ਦੀ ਟੀਮ ਨੇ ਪਹਿਲੇ ਦੋ ਕੱਪ ਜਿਹੜੇ ਜਿੱਤੇ ਹੈ ਫਸਟ ਪ੍ਰਾਈਜ਼ ਹਾਸਲ ਕੀਤੇ ਸੀ। ਚਾਹੇ ਸਿਡਨੀ ਦੀ ਗੱਲ ਹੋਵੇ ਚਾਹੇ ਸ਼ੇਰੇ ਪੰਜਾਬ ਦੇ ਕੱਪ ਦੀ ਗੱਲ ਹੋਵੇ, ਅੱਜ ਦੇਖਦਾ ਵੀ ਗੱਲ ਕਿੱਦਾਂ ਦੀ ਬਣਦੀ ਹੈ। ਆਹ ਦੇਖਦਾ ਵੀ ਕਬੱਡੀ ਮੱਖੀ ਆਹ ਤੀਰਥ ਸੱਚੀ ਬੋਲੀ ਬੋਲਦਾ। ਇੱਕ ਵਾਰੀ ਤੀਰਥ ਦੇ ਨਾਲ ਤਾੜੀ ਮਾਰ ਦਿਓ। ਮੁੰਡੇ ਨੇ ਦੱਸੇ ਵੀ ਮੈਨੂੰ ਟੱਚ ਹੋ ਗਿਆ। ਇਹ ਸੱਚ ਬਰਾਬਰ ਤਪ ਨਹੀਂ ਤੇ ਝੂਠ ਬਰਾਬਰ ਪਾਪ। ਜਿਸ ਕੇ ਹਿਰਦੇ ਸੱਚ ਹੈ ਤਾਂ ਕੇ ਹਿਰਦੇ ਆਪ। ਆਹ ਦੇਖਦਾ ਵੀ ਹਰਿਆਣੇ ਵਾਲਾ ਦਿਨੇ ਖੱਤਰੀ ਕਬੱਡੀ ਪਾ ਰਹੇ ਚੋ ਮਾਫੀਆਂ ਵਿੱਚੋਂ ਔਰ ਸੁਖਮਨਾਰ ਸ਼ਬੀਡੀਓ ਪਰ ਨੰਬਰ ਦਿਨੇ ਖੱਤਰੀ ਆਪਣੀ ਟੀਮ ਦੇ ਹਿੱਸੇ ਇੱਕ ਹੋਰ ਨੰਬਰ ਜੋੜ ਰਿਹਾ। ਲਓ ਸਾਹਮਣੇ ਕਹਿੰਦੇ ਮੱਖੀ ਦੀ ਕਬੱਡੀ ਪੈ ਰਹੀ ਹੈ ਖੇਡ ਗਰਾਊਂਡ ਦੇ ਵਿੱਚ। ਲਓ ਮੱਖੀ ਕਹਿੰਦੇ ਉਸ ਵੇਲੇ ਰੋਡ ਪਾ ਕੇ ਮੈਜੂਰ ਬਾਗ ਸੋਨਾ ਹੋਇਆ ਆਪਣੀ ਟੀਮ ਦੇ ਲਈ। ਅਗਲੀ ਰੋਡ ਕਿਹੜੇ ਗੱਭਰੂ ਨੇ ਪਾਉਣੀ ਹੈ। ਲਓ ਜੋਤਾ ਕਿਵੇਂ ਮਹਿਮ ਬਣਾਉਣੀ ਹੈ। ਮੁੰਡਾ ਕਿਵੇਂ ਕਪੂਰਥਲੇ ਵਾਲਾ ਰੋਡ ਪਾ ਰਿਹਾ ਕਿ ਮਿਲਦੀ ਹੈ ਗੱਡੀ ਹੈ ਖੇਡਦੇ ਨੇ ਕੌਡੀ ਤੇ ਕਪੂਰਥਲਾ ਚੀਜ਼ਾਂ ਨਹੀਂ ਉਹ ਦੋ ਕਬੱਡੀ ਤੇ ਕਪੂਰਥਲਾ ਚੀਜ਼ਾਂ ਨਹੀਂ ਦੋ। ਆਹ ਸਾਹਮਣੇ ਜੋਤੇ ਦੀ ਪਈ ਰੋਡ ਅਰਸ਼ ਆਹ ਅਰਸ਼ ਨੇ ਵੀ ਸੱਚੀ ਬੋਲੀ ਬੋਲੀ ਹੈ। ਜਿਉਂਦਾ ਵਸਦਾ ਰਾਜ ਸੂਰ ਨੇ ਔਰ ਸੁਖਮਨ ਤੇ ਅਰਸ਼ ਇਹ ਦੋਨੇ ਸਕੇ ਭਰਾਵਾਂ ਨੇ ਕਬੱਡੀ ਵਿੱਚ ਤਹਿਲਕਾ ਮਚਾ ਕੇ ਰੱਖਿਆ। ਆਹ ਵੇਖਦਾ ਵੀ ਮਨੂ ਮਾਨ ਕਬੱਡੀ ਪਾ ਰਿਹਾ ਖੱਖ ਪ੍ਰੋਡਕਸ਼ਨ ਵੱਲੋਂ ਤੀਰਥ ਤੇ ਧੁੱਬੇ ਦੇ ਲਈ ਪੰਜਾਹ ਡਾਲਰ ਦੇਈਦੇ ਹੋਏ ਆ। ਤੀਰਥ ਧੁੱਬੇ ਦੇ ਲਈ ਪੰਜਾਹ ਡਾਲਰ ਦਾ ਵੱਡਾ ਮਾਨ। ਉੱਧਰ ਤੀਰਥ ਨੇ ਫੇਰ ਸਿਰਾ ਲਾ ਦਿੱਤਾ ਹੈ ਪਰ ਤੀਰਥ ਨੇ ਵੀ ਲਾਇਆ ਸਿਰਾ ਮੈਨੂੰ ਨੇ ਲਾਇਆ ਨੰਬਰ ਧਾਵੀ ਦੇ ਹਿੱਸੇ ਹੈ। ਇਹ ਤੀਰਥ ਫੇਰਾ ਵਾਲਾ ਪਹਿਲੇ ਦੋ ਕੱਪਾਂ ਦਾ ਬੈਸਟ ਰਿਹਾ। ਜਦੋਂ ਪਹਿਲਾਂ ਸਿਡਨੀ ਚ ਮੈਚ ਸੀਗਾ ਢੂੰਡੀ ਤੇ ਤੀਰਥ ਜਵਾਇਨ ਜਿਹੜੇ ਬੈਸਟ ਸਨ। ਆਹ ਵੇਖਦਾ ਵੀ ਹਰਿਆਣੇ ਕਾ ਸ਼ੇਰਾ ਦਿਨੇ ਖੱਤਰੀ ਫੇਰ ਰੋਡ ਪਾਉਣ ਲਈ ਬਣਿਆ। ਆਹ ਅਰਸ਼ ਫੇਰ ਔਰ ਡੀਡੀਓ ਹੋ ਗਿਆ ਸਾਹਮਣੇ ਭਰੀਆਂ ਬਗਲਾ। ਹੁਣ ਗੱਲ ਕਸੂਤੀ ਹੈ ਔਰ ਬਹਾਸੂਰ ਨੇ ਔਰ ਨਹੀਂ ਰੀਸਾ ਲੱਗਿਆ ਤਾਂ ਜੋਰ ਦਿਨੇ ਔਰ ਦਿਨੇ ਸਾਹਮਣੇ ਆਹ ਨੰਬਰ ਦੇਖ ਕੇ ਕਈਆਂ ਨੂੰ ਪੀੜੀ ਮਾਰੀ ਉਹਦੀ ਕੌਡੀ ਬਹੁਤ ਔਖੀ ਹੈ। ਕਹਿੰਦਾ ਮੇਰੇ ਮਾਸੀ ਔਖਾ ਨੱਕਾ ਹੋ ਗਿਆ ਜਦੋਂ ਕਹਿੰਦਾ ਹੁਣ ਨੀ ਮੈਂ ਪੁੱਤ 20 ਸਾਲ ਮਰਦਾ ਜਦੋਂ ਦੱਸਿਆ ਮੈਂ ਪੱਕਾ ਹੋ ਗਿਆ। ਕਹਿੰਦਾ ਹੁਣ ਨੀ ਮੈਂ 20 ਸਾਲ ਮਰਦਾ ਜਦੋਂ ਦੱਸਿਆ ਮੈਂ ਪੱਕਾ ਹੋ ਗਿਆ। ਅੱਗੇ ਮੈਂ ਉਸ ਵੇਲੇ ਮੱਖੀ ਵੀ ਰੋਡ ਹੈ ਪਰ ਕਹਿੰਦੇ ਤੀਰਥ ਟਰਾਈ ਕਰ ਰਿਹਾ ਨੰਬਰ ਰੇਡਰ ਵਾਲ ਬਸੰਤ ਫੇਰ ਆ ਗਿਆ। ਕਹਿੰਦੇ ਨੌਜਵਾਨ ਮਿਹਨਤ ਵਾਲੀ ਹੈ ਜੇਤ ਹੈ ਤੇ ਬੜੀ ਚਾਹੀਦੀ ਬੋਲੇ ਉਹਨੂੰ ਸੌਖੀ ਪੈਂਦੀ ਨਹੀਂ ਉਹ ਰੋਡ ਖੜੀ ਬਚ ਕੇ ਜਵਾਨਾ ਹੁੰਦੇ ਸਾਨਾਂ ਦੇ ਭੇੜ। ਇਹ ਸਾਨਾਂ ਦਾ ਭੇੜ ਹੈ ਬੱਬਰ ਸ਼ੇਰਾਂ ਨੇ ਟੱਕਰੇ ਔਰ ਦੋ ਬੱਬਰ ਸ਼ੇਰ ਭਿੜੇ ਹੈ ਦੋ ਸੁਪਰ ਸਟਾਰ ਵੀ ਸੀਗਾ। ਔਰ ਵੇਖਦਾ ਵੀ ਬੱਗਿਆਂ ਵਾਲਾ ਨੌਜਵਾਨ ਪੰਮਾ ਮੰਗੀ ਦਾ ਵੀਰ ਕਬੱਡੀ ਪਾ ਰਿਹਾ ਹੈ ਤੇ ਮੰਗੀ ਬੜਾ ਹੀ ਢੱਗੀ। ਔਰ ਦੇਖਦਾ ਵੀ ਹੰਡਿਆ ਕੋਲੇ ਢਾਉਂਦਾ ਗੱਲਾਂ ਹੋਰ ਚ ਫੇਰੇ ਔਰ ਕੁੱਦਾ ਹੈ ਕੁੱਦਾ ਚਾਲੇ ਸੰਜਮ ਵਾਲਾ ਹੈ ਉੱਥੇ ਕੁੱਦਿਆ ਹੈ ਉੱਥੇ ਕੁੱਦਿਆ ਹੈ। ਔਰ ਪੰਮਾ ਤੇਰੇ ਪਾਲੇ ਦੀ ਸਰਹੱਦ ਪਾਰ ਕਰ ਚੁੱਕਿਆ ਹੈ। ਅਗਲੀ ਰੋਡ ਬਿਨੇ ਖੱਤਰੀ ਪਾਉਣ ਦੇ ਲਈ ਫੇਰ ਮੈਦਾਨ ਬਿਨੇ ਖੱਤਰੀ ਦੀ ਕਬੱਡੀ ਪੈ ਰਹੀ ਹੈ ਪਰ ਦੱਸਿਆ ਅਰਸ਼ ਨੂੰ ਕਹਿ ਦੇ ਪਲੰਪਟਨ ਵਾਹਵਾ ਦੂਰ ਹੈ ਉੱਥੇ ਪਲੰਪਟਨ ਵਾਹਵਾ ਦੂਰ ਹੈ। ਜੇ ਕਿਤੇ 19-21 ਹੋ ਗਈ ਤੇ ਘਰ ਆਉਣ ਕੋ ਨਹੀਂ ਆਉਣਾ ਘਰ ਆਉਣ ਤੋਂ ਨਹੀਂ ਆਉਣਾ ਹੈ। ਅੱਗੇ ਟੀਮਾਂ ਸਿਰੇ ਵੀ ਹੈ ਪਰ ਜਿੱਤਣਾ ਕੀ ਲਿਆ ਕੋਈ ਪਤਾ ਨਹੀਂ। ਮੈਚ ਕਹਿੰਦੇ ਪੂਰਾ ਸਿਰੇ ਦਾ ਖੇਡਿਆ ਜਾ ਰਿਹਾ ਹੈ। ਉਹ ਪੈਂਦੀ ਹੈ ਰੋਡ ਮੱਖਣ ਸੰਧੂ ਦੀ ਜਾਫੀ ਕਹਿੰਦੇ 4 ਨੇ ਬਿਕਰਮਜੀਤ ਸਿੰਘ ਸੰਧੂ ਦੇ ਬੇਟੇ ਦੀ ਕਹਿੰਦੇ ਕਬੱਡੀ ਹੈ। ਚਾਰਾਂ ਦੇ ਵਿੱਚੋਂ ਕਿਹੜੇ ਗੱਭਰੂ ਦੇ ਬੱਲੇ ਬੱਲੇ ਕਰਵਾਉਣੀ ਹੈ ਉਹ ਤੌੜ ਜਸਾ ਲਾਵੇਗਾ ਤੌੜ ਨੰਬਰ ਜੋੜੂ ਆਪਣੀ ਟੀਮ ਦੇ ਲਈ। ਉਹ ਪੈਂਦੀ ਰੋਡ ਉਹ ਬੱਲੇ ਬੱਲੇ ਮੁੰਡੇ ਨੇ ਮੱਥੇ ਦੇ ਹੱਥ ਨੂੰ ਮਾਰੇ ਹੈ ਕਿ ਮੱਥੇ ਦੀਆਂ ਨਾਂ ਪੰਜਾਹ ਤਕਦੀਰ ਮੱਖੀ ਲਈ ਆਗਿਆ ਚਾਰ ਜੀ ਗਰੇਵਾਲ ਸਾਹਿਬ $50 ਭੇਜਦੇ ਆ ਮੱਖੀ ਦੇ ਲਈ ਔਰ ਕੋਸਾ ਪੈਸੇ ਦੋ ਆ ਕੇ ਮੇਰੇ ਫੜ ਲਿਓ ਕਿਉਂਕਿ ਬਾਅਦ ਉਹ ਵੀ ਹੱਥ ਹੋਰ ਮਾਰ ਜਾਂਦਾ ਹੈ ਫਿਰ ਗੱਲ ਹੋਰ ਬਣ ਜਾਂਦੀ ਹੈ। ਆਹ ਵੇਖਣਾ ਵੀ ਸਾਹਮਣੇ ਜੋਤਾ ਹੈ ਔਰ ਜੋਤਾ ਹੈ ਉਹ ਅਰਸ਼ ਅਰਸ਼ ਤੇ ਜੋਤਾ ਵੱਜਦੇ ਧੱਫੇ। ਹੁਣ ਵੇਖਣਾ ਵੀ ਗੱਲ ਨੰਬਰ ਜੋਤੇ ਦਾ ਮੱਖੀ ਅਗਲੀ ਰੋਡ ਪਾਉਣ ਲਈ ਫੇਰ ਤਿਆਰ ਪਰ ਤਿਆਰ ਹੈ ਕਿ ਸੌਖਾ ਨਹੀਂ ਹੁੰਦਾ ਅਖਾੜੇ ਵਿੱਚ ਗੱਜਣਾ ਜਾਫੀਆਂ ਨੂੰ ਹੱਥ ਲਾ ਕੇ
ਔਖਾ ਹੁੰਦਾ ਭੱਜਣਾ ਜਾਫੀਆਂ ਨੂੰ ਹੱਥ ਲਾ ਕੇ ਔਖਾ ਹੁੰਦਾ ਭੱਜਣਾ ਉੱਧਰ ਜੋਤੇ ਦੇ ਲਈ $100 ਗੁਰਦਿਆਲ ਰਾਏ ਜੀ ਰਾਏ ਬ੍ਰਦਰ ਵੱਲੋਂ ਜੋਤੇ ਦੇ ਲਈ ਇੱਕ $100 ਦੇ ਵੱਡੇ ਮਾਣ ਤੇ ਸਨਮਾਨ ਆਏ ਆ ਟੀਮਾਂ ਦੋਵੇਂ ਸਿਰੇ ਦੀਆਂ ਸ਼ੇਰੇ ਪੰਜਾਬ ਤੇ ਗੁਲਗੁਲਗਾ ਗੁਲਗੁਲਗਾ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਗੁਲਗੁਲਗਾ ਸਰਦਾਰ ਚੂਰ ਸਿੰਘ ਜੀ ਕਹਿੰਦੇ ਵੀ ਜਿਹੜੇ ਖੱਤਰੀ ਦੀ ਰੋਡ ਤੇ ਆਪਾਂ $50 ਦੇਵਾਂਗੇ ਸੁਜੇ ਖੱਤਰੀ ਰੋਡ ਤੇ ਲਾ ਮੱਖੀ ਜਗਮੋਹਨ ਸਿੰਘ ਮੱਖਣ ਮੱਖੀ ਕਬੱਡੀ ਪਾਉਣ ਵਾਲੇ ਫੇਰ ਮੈਦਾਨ ਦੇ ਵਿੱਚ ਵਾਧਾ ਹੋਇਆ ਹੋਰ ਵੇਖਦਾ ਵੀ ਚੌੜੀਆਂ ਨੇ ਛਾਤੀਆਂ ਤੇ ਗੱਤ ਬਣਾ ਡੌਰਿਆਂ ਤੇ ਸਾਨਾ ਵਾਲੇ ਢੋਲ ਵਿੱਚ ਵੱਖਰਾ ਹੀ ਸ਼ੋਰ ਹੁੰਦਾ ਹੈ ਵੱਖਰਾ ਸ਼ੋਰ ਹੈ ਔਰ ਮੱਖੀ ਨੰਬਰ ਲੈ ਕੇ ਵਾਪਸ ਹੈ ਅਗਲੀ ਰੋਡ ਕਹਿੰਦੇ ਜਿਹੜੇ ਖੇਤਰੀ ਵੀ ਪੈ ਰਹੀ ਹੈ ਇਹ ਮੁੰਡਾ ਵੀ ਪਹਿਲਾਂ ਕਹਿੰਦੇ ਪਹਿਲਵਾਨੀ ਕਰਦਾ ਰਿਹਾ ਪਹਿਲਾਂ ਪਹਿਲਵਾਨੀ ਕਰਦਾ ਰਿਹਾ ਔਖਾ ਕਹਿੰਦੇ ਪਹਿਲਵਾਨ ਬਣਦਾ ਔਖਾ ਕਹਿੰਦੇ ਪਹਿਲਵਾਨ ਬਣਦਾ ਵਾਕਈ ਜੇ ਚੰਗਾ ਡਾਕਟਰ ਬਣਨਾ ਹੋਵੇ ਚੰਗਾ ਵਕੀਲ ਬਣਨਾ ਹੋਵੇ ਤੇ ਤੱਤੇ ਤੱਤ ਤਿੰਨ ਟਰੱਕ ਕਿਤਾਬਾਂ ਨੇ ਪੜ੍ਹਨੇ ਪੈਂਦੇ ਆ ਤੇ ਜੇ ਭਲਵਾਨ ਬਣਨਾ ਹੋਵੇ ਤੇ ਤੱਤੇ ਤੱਤ ਤਿੰਨ ਟਰੱਕ ਖੁਰਾਕ ਦੇ ਖਾਣੇ ਪੈਂਦੇ ਆ ਫਿਰ ਦੁਨੀਆਂ ਸਲਾਮਾਂ ਕਰਦੀ ਹੈ ਲੋਕ ਸ਼ਰਮਾ ਨੇ ਪੁੱਛਦੇ ਆ ਬਹੁ ਕਹਿੰਦੇ ਪੰਮੇ ਦੀ ਕਬੱਡੀ ਪੈ ਰਹੀ ਹੈ ਔਰ ਤੀਰਥ ਕਹਿੰਦੇ ਹੀਰੋ ਦੀ ਧਰਤੀ ਦਾ ਔਰ ਤੀਰਥ ਕਹਿੰਦੇ ਇਹ ਸ਼ੀਰੇ ਜਸਵੀਰ ਦੇ ਪਿੰਡ ਦਾ ਬਹੁ ਕਰਦਾ ਟਰਾਈ ਤੇ ਨੰਬਰ ਕਾਫੀ ਦਾ ਨੰਬਰ ਰੋਡਰ ਦਾ ਠੱਕ ਪ੍ਰੋਡਕਸ਼ਨ ਵੱਲੋਂ ਜਿੰਨੇ ਵੀ ਬਲਬੂਰ ਵਾਲੇ ਜਾਫੀ ਜਫੇ ਲਾਉਣਗੇ ਪਰ ਜਫਾ $100 ਦਾ ਹੋਵੇਗਾ ਇੱਧਰ ਵੇਖਦਾ ਵੀ ਨੌਜਵਾਨ ਜੋਤਾ ਮਹਿਮਦ ਵਾਲੀ ਹੈ 19 ਮੋਟਰਸਾਈਕਲ ਜੇਤੂ ਸਾਰੀ ਨੰਬਰ ਆਪਣੀ ਟੀਮ ਦੇ ਹਿੱਸੇ ਇੱਕ ਹੋਰ ਅੰਕ ਜਿਹੜਾ ਜੋੜਦਾ ਹੋਇਆ ਕਿ ਕਾਤਰ ਮਿਹਨਤਾਂ ਸਰੀਰ ਬਣਾਏ ਨਹੀਂ ਪੁੱਛਦੇ ਆ ਲੋਕੀ ਤੁਸੀਂ ਕਿਹੜੀ ਮਾਂ ਦੇ ਜਾਏ ਨਹੀਂ ਗੁੰਦੇ ਹੋਏ ਮਸਲਾਂ ਚ ਨੇ ਮਲੋਈਆਂ ਹੱਡੀਆਂ ਚੁੰਘਦੇ ਆ ਬੂਰੀਆਂ ਤੇ ਖੇਡਦੇ ਕਬੱਡੀਆਂ ਕਬੱਡੀ ਮੱਖੀ ਦੀ ਉਹ ਦਸ ਕਾਲੇ ਸਈਆਂ ਦਾ ਤੇ ਦਸ ਕਾਲੇ ਸਈਆਂ ਦਾ ਪਰ ਮੱਖੀ ਕਹਿੰਦਾ ਉੱਤੇ ਬਾਏ ਸੀਜੂ ਫੇਰ ਮਿਲਦੇ ਆ ਨੰਬਰ ਮੱਖੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਲਓ ਰੋਡ ਕਹਿੰਦੇ ਉਸ ਵੇਲੇ ਜੋਤੇ ਦੀ ਪੈ ਰਹੀ ਹੈ ਜੋਤਾ ਕਹਿੰਦੇ ਨੌਜਵਾਨ ਕਬੱਡੀ ਪਾ ਰਿਹਾ ਜਾਫੀ ਕਹਿੰਦੇ ਚਾਰ ਨੇ ਪਟੇ ਦੇ ਫੱਪੀਆਂ ਵੱਜ ਰਹੀ ਹੈ ਆਓ ਜੋਤਾ ਕਹਿੰਦੇ ਇੱਕ ਤਕੜੇ ਨੰਬਰ ਦਾ ਵਾਧਾ ਕਰਦਾ ਨੌਜਵਾਨ ਨੇ ਆਪਣੀ ਟੀਮ ਦੇ ਲਈ ਅਗਲੀ ਸਿੱਖ ਬੇਨਤੀ ਹੈ ਜਿਹੜੇ ਖਿਡਾਰੀਆਂ ਦੇ ਕਿਉਂਕਿ ਇਹ ਬੜਾ ਵਧੀਆ ਉਦਮਬਰਾਲਾ ਹੈ ਫੈਡਰੇਸ਼ਨ ਦਾ ਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਬਲਜਿੰਦਰ ਸਿੰਘ ਜੀ ਬਾਸੀ ਸਾਹਿਬ ਮੁਬਾਰਕ ਹੈ ਪਹਿਲਾਂ ਕਿਉਂਕਿ ਇੱਕ ਕਬੱਡੀ ਦੇ ਉੱਤੇ ਧੱਬਾ ਜਿਹਾ ਲੱਗਿਆ ਹੋਇਆ ਨਸ਼ਾ ਬੜਾ ਪਰ ਕਬੱਡੀ ਦੇ ਇਹ ਵੀ ਆਸਟ੍ਰੇਲੀਆ ਦੇ ਮੈਚ ਹੋ ਰਹੇ ਆ ਇੱਥੇ ਡਾਬ ਟੈਸਟ ਵੀ ਹੁੰਦੇ ਆ ਡਰੱਗ ਟੈਸਟ ਵੀ ਹੁੰਦੇ ਆ ਜੀ ਹਾਂ ਡਰੱਗ ਟੈਸਟ ਵੀ ਹੁੰਦੇ ਆ ਸੋ ਹਰ ਟੀਮ 'ਚੋਂ 2 ਪਲੇਅਰਾਂ ਦੀਆਂ ਪਰਚੀਆਂ ਪਾਈਆਂ ਜਾਂਦੀਆਂ ਸੋ ਜਿਹੜੇ ਜਿਹੜੇ ਪਲੇਅਰਾਂ ਦੀ ਪਰਚੀ ਆਉਂਦੀ ਹੈ ਉਹ ਫੈਡਰੇਸ਼ਨ ਵੱਲੋਂ ਬੇਨਤੀ ਹੈ ਵੀ ਉਹ ਆਪਣਾ ਆ ਕੇ ਟੈਸਟ ਜ਼ਰੂਰ ਦੇ ਦੇਣ ਅਤੇ ਜਿਹੜੇ ਨੇ ਨਾ ਟੈਸਟ ਦਿੱਤਾ ਉਹ ਬੈਨ ਕੀਤਾ ਜਾਊਗਾ ਖਿਡਾਰੀ ਵੀ ਜਿਹੜੇ ਇਹਨੇ ਟੈਸਟ ਜਿਹਦੀ ਪਰਚੀ ਆਈ ਉਹ ਟੈਸਟ ਨਾ ਦੇ ਗਿਆ ਇਹ ਫੈਡਰੇਸ਼ਨ ਵੱਲੋਂ ਬੇਨਤੀ ਹੈ ਸਾਰੇ ਕਲੱਬਾਂ ਵਾਲੇ ਵੀ ਨੋਟ ਕਰ ਲਿਆ ਵੀ ਟੈਸਟ ਜ਼ਰੂਰ ਦੇ ਦਿਆ ਕਰੋ ਤੁਹਾਡਾ ਹੀ ਫਾਇਦਾ ਹੈ ਇਹ ਤੁਹਾਡਾ ਹੀ ਫਾਇਦਾ ਹੈ ਜਿਹਨਾਂ ਦੀ ਪਰਚੀ ਨਿਕਲਦੀ ਹੈ ਕਿਰਪਾ ਕਰਕੇ ਭੱਜ ਕੇ ਟੈਸਟ ਦੇਣ ਜਾਇਆ ਕਰੋ ਇਹ ਤੁਹਾਡਾ ਹੀ ਫਾਇਦਾ ਹੈ ਨਹੀਂ ਦੇਖ ਲਓ ਪੰਜਾਬ ਦਾ ਕੀ ਹਾਲ ਕਰਤਾ ਅਬਦਾਲੀ ਦੇ ਕਹਿੰਦੇ 7-7 ਫੁੱਟ ਦੇ ਨੇਗੇ ਸੀ ਪੰਜਾਬੀ ਤਾਂ ਵੀ ਨਹੀਂ ਮੁੱਕੇ ਤੇ 2.5 ਇੰਚ ਦੀਆਂ ਸਰਿੰਜਾਂ ਨੇ ਸਾਡਾ ਪੰਜਾਬ ਫੂੰਗੇ ਲਾਤਾ ਹੈ ਸਾਡਾ ਪੰਜਾਬ ਫੂੰਗੇ ਲਾਤਾ ਹੈ ਇਹ ਅੱਜ ਲੋੜ ਹੈ ਸਮੇਂ ਦੀ ਇਹ ਸਾਹਮਣੇ ਜਵਾਨੀ ਜੋ ਸਾਂਭ ਸਕਦੇ ਹੋ ਆਓ ਕਹਿੰਦੇ ਇਸ ਵੇਲੇ ਜੋਤੇ ਦੀ ਕਬੱਡੀ ਪੈ ਰਹੀ ਹੈ ਖੇਡ ਗਰਾਊਂਡ ਦੇ ਵਿੱਚ ਮਿਊਜ਼ੀਕਲ ਚੇਅਰ ਦੇ ਲਈ ਮੈਂ ਬੀਬੀਆਂ ਨੂੰ ਭੈਣਾਂ ਨੂੰ ਮੁਤਾਵਾਂ ਨੂੰ ਬੱਚੀਆਂ ਨੂੰ ਬੇਨਤੀ ਕਰਦਾ ਉਹ ਕਿਰਪਾ ਕਰਕੇ ਤਿਆਰੀ ਰੱਖਣ 2-2 ਰੋਡਾਂ ਜਿਹੜੀਆਂ ਮੈਨੂੰ ਲੱਗਦਾ 2-2 ਰੋਡਾਂ ਜਿਹੜੀਆਂ ਉਹ ਰਹਿ ਗਈਆਂ ਨੇ ਉੱਧਰ ਬਾਵਲਾ ਸਾਹਿਬ ਨੇ ਇਸ਼ਾਰਾ ਕਰ ਦਿੱਤਾ ਵੀ 2-2 ਬਾਕੀ ਹੈ ਆਓ ਸਾਹਮਣੇ ਦੇਖਾਂਗੇ ਅਗਲੀ ਰੋਡ ਆਰਸ਼ੀ ਕਹਿੰਦੇ ਡੀ.ਟੀ.ਓ ਡਿਸਟ੍ਰਿਕਟ ਟਰਾਂਸਪੋਰਟ ਅਫਸਰ ਜੇ ਟੱਕਰ ਸਿਰੇ ਦੀ ਲੱਗੀ ਕਰੀ ਤਾੜੀ ਜ਼ੋਰਦਾਰ ਮਾਰ ਹਾਂ ਤਾੜੀ ਵੱਜ ਰਹੀ ਹੈ ਬਸੰਤ ਰੇਡਰ ਘਰੇ ਜਾ ਕੇ ਨਾ ਕਹਿਣਗੇ ਵੀ ਅਸੀਂ ਤਾਂ ਸੌਖੀਆਂ ਹੀ ਪਾਤੀਆਂ ਅੱਜ ਸਾਰੇ ਰੇਡਰ ਗੋਡਿਆਂ ਦੇ ਹੀ ਆਏ ਆ ਸਾਰੇ ਰੇਡਰ ਗੋਡਿਆਂ ਦੇ ਹੀ ਆਏ ਆ ਆਓ ਸਾਹਮਣੇ ਮੱਖੀ ਉਧਰ ਮੱਖੀ ਵੀ ਰੋਡ ਤੇ ਦੂਸਰੇ ਪਾਸੇ ਆਓ ਬਾਜ ਜਬਰੀਆਂ ਮੇਰੀ ਸਹਿ ਨੰਬਰ ਧਾਵੀ ਦਾ ਟੈਕਨੀਕਲ ਪੁਆਇੰਟ ਜੱਟ ਗੜੀ ਵਾਲਾ ਫੈਸਲੇ ਕਰ ਰਹੇ ਔਰ ਦੂਸਰੇ ਪਾਸੇ ਲੋਪੋ ਵਾਲਾ ਹਰਿਆਣੇ ਵਾਲਾ ਕਬੱਡੀ ਪਾਉਣ ਲਈ ਫਿਰ ਬਿਨੇ ਖਤਰੀ ਮੈਦਾਨ ਦੇ ਵਿੱਚ ਵਧਿਆ ਹੋਇਆ ਔਰ ਦਰਵੇਸ਼ ਦਾ ਵੀ ਪੱਟੀ
ਵਾਲਾ ਹਰਜੀਤ ਪਰ ਨੰਬਰ ਨੰਬਰ ਗੱਗੀ ਵੀਰੇ ਕਿਹੜੇ ਪਾਸੇ ਹੈ, ਨੰਬਰ ਢਾਬੀ ਦਾ ਹੈ, ਨੰਬਰ ਰੇਡਰ ਦੇ ਹਿੱਸੇ ਹੈ ਤੇ ਗਿੱਧਾ ਭੰਗੜਾ ਗਾਉਣਾ ਹੈ। ਜਿੰਦ ਜਾਨ ਪੰਜਾਬੀਆਂ ਦੀ, ਸਿਰ ਦੀ ਚੁੰਨੀ ਤੇ ਪੱਗ ਵੀ ਲੋਕੋ, ਸ਼ਾਨ ਪੰਜਾਬੀਆਂ ਦੀ, ਚਾਹ ਚੜ੍ਹਦਾ ਦਿਲ ਪੈਂਦੀ ਰੋਡ ਤੇ ਰੋਡ।